ਸ੍ਰੀ ਅਕਾਲ ਦੋਸਤੋ, ਹੋਰ ਕਿਵੇਂ? ਸਾਰੇ ਠੀਕ ਠਾਕ ਹੋ? ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਅਤੇ ਸਵਾਗਤ ਆ ਤੁਹਾਡਾ ਮੇਰੇ ਨਵੇਂ ਚੈਨਲ 'ਤੇ, ਜੱਟਸ ਬਲੌਗ 'ਤੇ। ਅਤੇ ਅੱਜ ਕਿਤੇ ਨਹੀਂ ਜਾਊਂਗਾ, ਅੱਜ ਘਰ ਹੀ ਹਾਂ। ਅਤੇ ਮਾੜਾ ਜਿਹਾ ਅੱਜ ਨਾ ਬਾਜ਼ਾਰ ਜਾਣਾ ਸੀ ਅਤੇ ਕਹਾਣੀ ਕਢਾਉਣੀ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਦੇਸੀ ਤੇਲ ਦੀ ਕਹਾਣੀ। ਹਾਂਜੀ ਮੰਮੀ, ਕਿੱਦਾਂ ਫਿਰ ਕਰਨੀ ਹੁਣ? ਕੀ ਰਿਪੋਰਟ ਆ ਹੁਣ? ਹਵਾ ਭਰਨੀ, ਸਕੂਟਰੀ ਹੋ ਗਈ, ਪੈਂਚਰ ਬਾਬਿਓ, ਪਹਿਲਾਂ ਹਵਾ ਭਰਨੀ ਹੈ। ਐਕਟਿਵਾ ਰਾਣੀ 'ਚ 2 ਮਹੀਨੇ ਹੋਏ ਖੜੀ ਨੂੰ ਵਿਚਾਰੀ ਨੂੰ, ਮੰਮੀ ਨੇ ਧੋਤੀ ਅੱਜ। ਹਾਂ ਮੰਮੀ, ਕੀ ਰਿਪੋਰਟ ਆ ਹੁਣ? ਕੀ ਰਿਪੋਰਟ ਆ? ਸਾਰੂ ਪਾ ਉਹਦੇ ਵਿੱਚ, ਕਿਹਦੇ? ਥੈਲੇ 'ਚ ਪਾ ਸਾਰੂ, ਅੱਛਾ ਲੈ ਕੇ ਜਾਊਂਗਾ, ਦੋਨਾਂ ਥੈਲਿਆਂ 'ਚ ਪਾ ਲੈ, ਸੌਖੀ ਬੈਠ। ਮੈਂ ਨਹੀਂ ਜਾਣਾ ਮੰਮੀ, ਤੂੰ ਲੈ ਕੇ ਜਾ, ਆਪੇ ਲੈ ਕੇ ਜਾ, ਮੈਂ ਨਹੀਂ ਲੈ ਕੇ ਜਾਣੀ। ਮੇਰੇ ਕੋਲੋਂ ਜਾਂਦੀ ਹੈ ਇੰਨੀ ਸਾਰੂ? ਬੰਦਾ ਚਲਾਣ ਵਾਲੇ ਇੱਕ ਇੱਧਰ ਖੜਾ ਉੱਧਰ ਖੜਾ ਵੀ ਨਹੀਂ ਹੁੰਦਾ ਨਾ, ਫਿਰ ਤੁਹਾਨੂੰ ਪਤਾ ਫਿਰ ਬੀਜੀ ਬੰਦੇ ਕਿਹੜਾ ਕਿਹੜਾ ਸਾਧਨ ਚਲਾਵੇ ਬੰਦਾ। ਕਰ ਲੈ ਯਾਰ ਮਾਤਾ ਕੁਛ, ਕੀ ਹੁਣ ਸਮਾਨ ਦੇਣਾ ਕਿ ਚ ਪਾ ਕੇ ਜਾਣਾ ਫਿਰ? ਦੇਖ ਲੋ ਬਾਬੂ, ਨੈਟ ਵੇਟ ਹੈਗਾ 50 ਕਿਲੋ, ਤੇ 50 ਕਿਲੋ ਜੋ ਕਰੀਬ ਕਰੀਬ ਨਿਕਲਣੀ ਹੈਗੀ ਹੈ 18 ਕਿਲੋ ਤੇਲ, 30 ਕਿਲੋ ਚੋ 10 ਕਿਲੋ ਤੇਲ ਨਿਕਲਦਾ ਬਾਬਿਓ। ਤੇ ਹੁਣ ਹਿਸਾਬ ਲਾ ਲਓ ਫਿਰ, ਆਪਣੇ ਕੋਲ ਹੈਗੀ ਹੈ 50 ਕਿਲੋ, ਤੇ ਇਹਚੋਂ ਕਰੀਬ ਕਰੀਬ 17-18 ਕਿਲੋ ਤੇਲ ਨਿਕਲੂਗਾ। ਤੇ ਇਹ ਤੇਲ ਬਾਬਿਓ ਸਭ ਨਾਲੋਂ ਵਧੀਆ ਹੁੰਦਾ ਹੈ, ਜਿਹਨੂੰ ਨਹੀਂ ਪਤਾ ਉਹ ਸੁਣ ਲਓ, ਜਿਨ੍ਹਾਂ ਨੂੰ ਜਿਹੜੇ ਤਾਂ ਪਿੰਡ ਦੇ ਹੈਗੇ ਆ ਆਪਣੇ ਪੁਰਾਣੇ ਬਜ਼ੁਰਗ, ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਨਾ, ਕਈ ਸਿਆਣੇ ਹੁੰਦੇ ਆ ਵਿੱਚ। ਅਤੇ ਤੁਸੀਂ ਦੇਖ ਰਹੇ ਜਿਹੜਾ ਆਪਾਂ ਬਾਜ਼ਾਰੋਂ ਤੇਲ ਲੈਂਦੇ ਹਾਂ ਉਹ ਬਾਬਿਓ ਕਿਸੇ ਕੰਮ ਦਾ ਤੇਲ ਨਹੀਂ ਹੁੰਦਾ, ਉਹ ਜਮ੍ਹਾਂ ਹੀ ਲੱਸੀ ਹੁੰਦਾ ਬਾਬਿਓ, ਅਤੇ ਬਿਮਾਰੀਆਂ ਦਾ ਘਰ ਹੁੰਦਾ ਉਹ ਤੇਲ ਦਾ ਰੰਗ। ਅਤੇ ਇਹ ਤੇਲ ਦਾ ਰੰਗ ਤੁਹਾਨੂੰ ਦਿਖਾ ਦੂੰਗਾ ਅੱਜ। ਅਤੇ ਜਿਹੜੀ ਆਪਾਂ ਸ਼ਹਿਰੋਂ ਬੋਤਲ ਲੈ ਕੇ ਆਉਂਦੇ ਹਾਂ, ਜਮ੍ਹਾਂ ਹੀ ਕ੍ਰਿਸਟਲ ਕਲੀਅਰ ਹੁੰਦਾ ਬਾਬਿਓ, ਉਹ 'ਚੋਂ ਆਰ ਪਾਰ ਦਿਖਦਾ ਹੁੰਦਾ, ਅਤੇ ਇਸ ਤੇਲ 'ਚ ਤੁਸੀਂ ਆਰ ਪਾਰ ਨਹੀਂ ਦੇਖ ਸਕਦੇ ਬਾਬਿਓ। ਮਤਲਬ ਇਹੋ ਜਿਹਾ ਤੇਲ ਹੁੰਦਾ, ਗਾੜਾ ਹੁੰਦਾ, ਦਿਖ ਵੀ ਜਾਊਗਾ ਮਤਲਬ ਥੋੜ੍ਹਾ ਦਿਖੂਗਾ ਆਰ ਪਾਰ, ਪਰ ਇਸ ਰੰਗ ਦਾ ਅਤੇ ਉਹ ਸ਼ਹਿਰ ਵਾਲੇ ਰੰਗ ਦਾ ਤੇਲ ਬਹੁਤ ਬਹੁਤ ਫਰਕ ਹੁੰਦਾ ਬਾਬਿਓ। ਅਤੇ ਤੁਹਾਨੂੰ ਦਿਖਾਵਾਂਗੇ ਅੱਜ ਤੇਲ ਨਿਕਲਦਾ ਇਹਨੂੰ। ਚੱਲ ਮੈਂ ਫਿਰ ਮੇਰੇ ਜਹਾਜ਼ 'ਤੇ ਸਮਾਨ ਤੇ ਰਖਾ ਯਾਰ। ਸਰੋਂ ਬਿੱਲ ਖਿੱਲਰ ਨੀ ਜਾਣੀ ਰੋਡ, ਇੰਨੀ ਮਹਿੰਗੀ ਲੈ ਕੇ ਖਿੱਲਰ ਦੀ ਜਾਣੀ ਸਰੋਂ, ਸਾਰਾ ਪਤਾ ਅਭੀ ਫੋਨ ਆ ਗਿਆ। ਸਾਰਾ ਪਤਾ ਹੁੰਦਾ ਡੈਡੀ ਦਾ ਫੋਨ ਆ ਗਿਆ। ਪਾਤੀ ਮਾ ਹੁਣ ਮੰਮੀ ਯਾਰ
ਵੀ ਕਿਹਾ ਹੁਣ ਤੇ ਹੋਰ ਤੇ ਕਿਧਰ ਰੱਖਣੀ ਹੋਣੇ ਫਿਰ ਨਹੀਂ ਮੈਂ ਕੁਆੜੀਆਂ ਮੰਮੀ ਇਦਾਂ ਕਿਦਾਂ ਕਰ ਨਹੀਂ ਪਾਗਲ ਇੱਥੇ ਰੱਖਣਾ ਨਾ ਇੱਥੇ ਹਾਂ ਪਾਗਲ ਅੱਛਾ ਦੇਖੀ ਬਹੁਤ ਵਧੀਆ ਗੱਲ ਹੈ ਇੱਕ ਇੱਧਰ ਮੰਨ ਲੈ ਇੱਕ ਇੱਧਰ ਮੰਨ ਲੈ ਨਹੀਂ 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 ਮੈਂ ਜਾ ਯਾਰ ਮੇਰੀ ਬੇਇੱਜ਼ਤੀ ਨਾ ਕਰਾ ਯਾਰ ਤੂੰ ਦੱਸ ਹੈ ਮੁੰਡਾ ਇੰਨੀ ਸ਼ਹਿਰ 'ਚ ਮੇਰੀ ਗੱਲ ਪਤਾ ਹੈ जानी छड़ना नहीं कोई दाना बेच नहीं साग तो बीजना ही है ना रख रहा भेने देख रहे हो बाबे वो सरों रंग तो देख रहे हो तेल कि निकलूगा हूँ अब तुम दसागे फिर केड़ा केड़ा के तेल खाने ये तेल खाया करो बाबे थोड़ी मेहनत लगती है पर चीज घर की बन जाती है ठीक है जेडे हार्ट अटैक होंगे या फिर स्ट्रोक होंगे फिर उन्होंने ही होंगे वो बाबे जेडे बाजारी तेल आप खाने ठीक है एग्रीकल्चरिस्ट मनदीप कौर पता मेन सारा पता है ट्रक स्टार्ट करना भाई पूरे दो तीन महीने बाद स्टार्ट की लोड पै गई लहरी बेचारी की मैं कहती गाला कड़ दी पुत आ गया ना मेरे थले अज बेचारी कढ़ा के लिया फिर मिलते हैं आप शहर जाके आप पुज गए दुकान से कहानी वाली दुकान से देखो मशीन लगी हुई है कहानी निकल गई है लगे हुए ने बाई होनी बाबे खाल होंगी है खाल निकलती है ठीक है बाद साडे वर्गे जानवर खाते ने पशुआन खल पी होंगी है ये वधिया होंगी है तो फिर ये इतने रख लेंगे खल जो तुम लेके जाना चाहते हो तो ले जाओ वैसे तुम इन्हों देख सकते दुकान खल निकलती जी इन तीन बार पाते घुमा घुमा के फिर इन्हें तसली करा के घुमा घुमा के पाते हैं तो आदा बोर खल बन खल बन जाती बाद इधर जो मिक्स करके ये फीड बनती है जेड़े कि ऐसा दे पशु खाते पशुओं की खुराक है आवे मज्जा नू नज़ारा जो फीड मिल जाए तारा फीड सोना लीका तेल खुशकियां चक रही सारी खुशकियां चक रही कहते मेरे वीडियो तुम भी आ जाओ ताकि भी खुशकी चक देंगे सारी गोडे गोडे जवाब दे गए गोडे जवाब दे गए ना फिर पूरा रमा कर दें कम तेल आ देखो तेल निकल गया तेल पूरा जोरा छोरा पे देख लो कई पान लगे हम पीछे बेच चक दे कम जटा उन्हें आ जाओ ब्लॉग नहीं बनाना एडी बना
बुरा भर गया खल नाल दान कर दांगे बाबा सेक दे किदा मारदा ओए बाड़ी गर्म ओए सही गल है बाड़ी गर्म तब बहुत गर्म है बहुत गर्म बाबे हाथ भी नहीं फड़न दी है उन्हें फड़ के देखो ये किन्नी गर्म जल गया जल जल गया हमने ऑयल निकाल लिया है ऑयल निकाल के हम घर जा रहे हैं अभी से फिर जाकर बात करते हैं मालिश करेंगे घर जाकर अभी मालिश करेंगे लंगोट पा के ग्राउंड से मिलना हूं पेंच भी लग गया लै बिलिया चक आखे बिल्ली बिल्ली मर जा थले आ जाना ही तू आ गए यार रश पीड़ ठंड पा ठंड नहीं पैंदी तो बोर्ड नहीं पाई बिचे बहुत स्वाद होना कहता हूं सिरा लगना देखी तेल तूल ले आता घर मम्मी हूं मैं तंग ना करी ठीक है छे महीने बनने हैं तेरे हूं तेल हो गया मैं लिया ठीक है खुश हूं खुश हूं काम कर चलिए मैं अम्मी चले हूं जिम ठीक है मित्रो अजे पिछे हो मम्मी यार मैनू ना कोई करनी जिंदगी मैनू ना अगे बदन दे चलो भी ठीक है मित्रो फिर आप मिलते हैं हम नैक्सट ब्लॉग च हूँ आप चले आटा लैके फिर जिम जावे तो फिर आप नैक्सट ब्लॉग मिलते हैं भाई बस कर लव यू ऑल टेक केयर बाय बाय वाहेगुरु मेहर करे।